रोड लगा बन दिल्ली वाला रोड चौड़ा होन लगा, दिल्ली वाला रोड चौड़ा होन लगा। ते उथे आ गई एक बाबे दी कबर, बाबे दी आ गई कबर। ओ डर गए रोड वाले भी कितने मुसलमान वीर जेडे रौला ना पा लै। उन्होंने गल पचाई हौली हौली मलेरकोटले, कहिंदे नवाब इन्हां दे काजियां नूं मिलो, मुलाणियां नूं मिलो, इन्हां दे मुखियां नूं मिलो, इन्हां नूं आखो भी कबर ढाणी है ते की करिए जी दसो, फिर रौला ही ना पै जाए। जदों गए कहिंदे पीर दी कबर आ गई है जी, की करिए दसो। मुसलमान वीर कहिंदे आ भैणा जरूर नोट करियो, मुसलमानां नूं जदों पुछिया कहिंदे काजी ओ दसो, काजी कहिंदे असीं ते कबरां नूं मन्नदे ही नहीं। मुसलमान ते एक खुदा नूं मन्नदे ने, मुसलमान कबरां नूं नहीं मन्नदे। ये तुसीं इंटरनेट ते खोज करके वेखो, इन्हां दे प्रचारकां नूं सुण के वेखो, जिहड़े मुसलमान कबरां नूं मन्नदे ने उन्हां नूं कहिंदे की है? थोड़े बहुत ने 5-4%, बिल्कुल रब तों बिना एक खुदा तों बिना किसे नूं नहीं मन्नदे। ਉਹ ਕਹਿੰਦੇ ਅਸੀਂ ਤੇ ਕਬਰਾਂ ਨੂੰ ਮੰਨਦੇ ਹੀ ਨਹੀਂ। ਕਹਿੰਦੇ ਅੱਛਾ ਤੁਹਾਨੂੰ ਕੋਈ ਇਤਰਾਜ਼ ਨਹੀਂ? ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ, ਸਿੱਖਾਂ ਨੂੰ ਪੁੱਛ ਲਓ, ਇਹ ਬਹੁਤੇ ਮੱਥੇ ਟੇਕਦੇ। ਰੱਖਿਓ ਸ਼ਰਮ ਵਾਲੀ ਗੱਲ, ਏਦੂ ਵੱਡੀ ਕੋਈ ਹੋਰ ਹੈ? ਮੈਨੂੰ ਜਰਾ ਕੋ ਦੱਸੋ ਜੀ, ਏਦੂ ਵੱਧ ਕੋਈ ਸ਼ਰਮ ਵਾਲੀ ਗੱਲ ਹੈ ਹੋਰ ਸਾਡੇ ਲਈ? ਉਹ ਕਹਿੰਦੇ ਹੋ ਇਹਨਾਂ ਨੂੰ ਪੁੱਛ ਲਓ ਸਿੱਖਾਂ ਨੂੰ, ਅਸੀਂ ਤੇ ਕਬਰਾਂ ਨੂੰ ਮੰਨਦੇ ਹੀ ਨਹੀਂ। ਹੋਏਗੀ ਕਿਸੇ ਮੁਸਲਮਾਨ ਦੀ ਕਬਰ, ਸਾਨੂੰ ਤੇ ਪਤਾ ਨਹੀਂ ਕੌਣ ਹੈ ਕੌਣ ਨਹੀਂ, ਅਸੀਂ ਕਬਰਾਂ ਦੇ ਪੁਜਾਰੀ ਨਹੀਂ। ਸਿੱਖਾਂ ਨੂੰ ਪੁੱਛ ਲਓ ਕਿਤੇ ਇਹਨਾਂ ਨੂੰ ਇਤਰਾਜ਼ ਨਾ ਹੋਵੇ। ਚੱਪਣੀ 'ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ, ਐਡੇ ਵੱਡੇ ਗੁਰੂ ਗੋਬਿੰਦ ਸਿੰਘ, ਇਹਨਾਂ ਨੂੰ ਤੇ ਚਾਹੀਦਾ ਸੀ ਓਏ ਹੋਰ ਕਿਸੇ ਨੂੰ ਪੁੱਛ ਲਓ, ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ, ਕਲਗੀਧਰ ਤੋਂ ਬਿਨਾਂ ਕਿਸੇ ਅੱਗੇ ਨਹੀਂ ਝੁਕਦੇ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਇਹ ਨਹੀਂ ਕਿਸੇ ਅੱਗੇ ਝੁਕਦੇ। ਇਹਨਾਂ ਨੂੰ ਇਹਨਾਂ ਦਾ ਸੱਚਾ ਪਾਤਸ਼ਾਹ ਕਹਿ ਗਿਆ, ਮੜੀਆਂ ਕਬਰਾਂ ਤੇ ਨਹੀਂ ਜਾਣਾ। ਪਰ ਉਹ ਕਿਉਂ ਕਹਿੰਦੇ ਆ ਜੀ? ਉਹ ਸਾਡੀਆਂ ਲਾਈਨਾਂ ਲੱਗੀਆਂ ਵੇਖਦੇ ਆ ਕਿ ਅੱਜ ਸ਼ਨੀਵਾਰ ਹੈ, ਇਹ ਅੱਜ ਸ਼ਨੀ ਮੰਦਿਰ 'ਚ ਤੁਰਿਆ ਸਿੱਖ ਪੱਗ ਬੰਨ ਕੇ, ਇਹ ਸ਼ਰਾਬ ਚੜ੍ਹਾਉਣ ਤੁਰਿਆ ਹੈ, ਇਹ ਅੱਜ ਫਲਾਣੇ ਥਾਂ ਤੇ ਤੁਰਿਆ, ਫਲਾਣੇ ਥਾਂ ਤੇ ਤੁਰਿਆ, ਬਸ ਇਹ ਤੁਰਿਆ ਹੀ ਰਹਿੰਦਾ ਜੀ। ਇਹਨੂੰ ਕਿਸੇ ਨੇ ਕਹਿ ਤਾਂ ਦੇਵੀ ਦੇ ਜਾ ਆ ਉੱਥੇ ਜਾ ਆਉਣਾ, ਇਹਨੇ ਫਲਾਣੀ ਕਬਰ ਤੇ ਜਾ ਆ ਉੱਥੇ ਜਾ ਆਉਣਾ ਹੈ, ਫਲਾਣੀ ਮੜੀ ਤੇ ਜਾ ਆ ਉੱਥੇ ਜਾ ਆਉਣਾ ਹੈ, ਇਹਨੇ ਤੁਰਿਆ ਹੀ ਰਹਿਣਾ ਹੈ। ਸਭ ਪਤਾ ਇਹਨਾਂ ਨੂੰ। ਪਰ ਸਿੱਖ ਜਿਹੜਾ ਸੀ ਨਾ, ਸਿੱਖ ਲੋਕੀ ਬੜਾ ਵਿਸ਼ਵਾਸ ਕਰਦੇ ਸੀ ਮਰਨੀ ਮਰ ਜਾਣਗੇ, ਆਪਣੇ ਗੁਰੂ ਤੋਂ ਬਿਨਾਂ ਨਹੀਂ ਝੁਕਦੇ ਕਿਤੇ। ਐਡਾ ਇਤਿਹਾਸ, ਐਡਾ ਵਿਲੱਖਣ ਇਤਿਹਾਸ ਹੈ ਇਹਨਾਂ ਦਾ। ਇਹ ਬੜੇ ਯੋਧੇ ਆ, ਬੜੇ ਸੂਰਮੇ ਆ, ਇਹ ਬੜੇ ਪਰਪੱਕ ਨੇ, ਇਹ ਆਪਣੇ ਧਰਮ ਵਿੱਚ ਬੜੇ ਪਰਪੱਕ ਨੇ, ਇਹ ਨਹੀਂ ਝੁਕਦੇ ਕਿਤੇ। ਪਰ ਸਾਡਾ ਹਾਲ ਅੱਜ ਕੀ ਹੋ ਗਿਆ? ਸਾਡਾ ਹਾਲ ਵੇਖੋ ਕੀ ਹੋ ਗਿਆ। ਹੁਣ ਵੇਖੋ ਜੀ, ਭਗਤ ਕਬੀਰ ਸਾਹਿਬ ਦਾ ਬਚਨ ਸੁਣੋ, ਇਹ ਸੱਚ ਸੁਣਨਾ ਚਾਹੀਦਾ, ਇਹ ਸੱਚ ਸੁਣਾਂਗੇ, ਇਹ ਸੱਚ ਸਾਡਾ ਦਾਰੂ ਬਣੇਗਾ ਜੀ, ਸੱਚ ਨਾਲ ਸਾਡਾ ਇਲਾਜ ਹੋਏਗਾ। ਕੀ ਕਹਿੰਦੇ ਸੁਣੋ। ਰੇ ਜੀ ਨੇ ਲਾਜ, ਲਾਜ ਤੋਹ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ। ਇਹਦੇ ਨਾਲ ਸਾਡਾ ਮਨ ਕਾਇਮ ਹੋਣਾ ਹੈ। ਓਏ ਬਸ਼ਰਮਾ, ਰੇ ਜੀ ਨਲੱਜ, ਲਾਜ ਤੋਹੇ ਨਾਹੀ, ਸ਼ਰਮ ਨਹੀਂ ਆਉਂਦੀ, ਹਰ ਤਜ ਕਤ ਕਾਹੂ ਕੇ ਜਾਹੀ। ਇੱਕ ਪਰਮਾਤਮਾ ਨੂੰ ਛੱਡ ਕੇ ਕਿਉਂ ਕਿਤੇ ਤੁਰਿਆ ਫਿਰਦਾ ਹੈ, ਕਿਉਂ ਫਿਰਦਾ ਹੈ ਕਿਤੇ ਅੱਗੇ? ਜਾਗੋ ਠਾਕੁਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨਾ ਸੋਈ। ਜਿਹਦਾ ਮਾਲਕ ਐਡਾ ਵੱਡਾ ਉੱਚਾ ਹੋਵੇ, ਜਿਹੜਾ ਸਾਰਿਆਂ ਘਟਾਂ ਵਿੱਚ ਵਸਿਆ, ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ, ਜਿਹੜਾ ਸਾਰੀਆਂ ਘਟਾਂ 'ਚ ਵਸਿਆ, ਉਹ ਐਡੇ ਵੱਡੇ ਮਾਲਕ ਨੂੰ ਛੱਡ ਕੇ, ਜਾਗੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਈ। ਉਹ ਪਰਾਏ ਘਰਾਂ ਵਿੱਚ ਜਾ ਕੇ ਮੱਥੇ ਟੇਕਦਾ, ਸੋਹਣਾ ਨੀਲਾ।